ਆਹ ਆ ਗਿਆ ਤੂੰ ਮੰਗਾ ਗਿਆ ਠੀਕ ਹੈ ਜੀ ਤਰੀਕ ਹਾਂ ਪਿੱਛੇ ਕਰਾ ਦੋ ਯਾਰ ਕੀ ਕਰੀ ਜਿਵੇਂ ਪਿੱਛੇ ਕਰੋ ਸ਼ੇਰਾ ਸਾਡੇ ਵੱਤ ਤੇ ਨਜਾਇਜ਼ ਹੀ ਗਏ ਸਾਨੂੰ ਤੇ ਪਤਾ ਵੀ ਨਹੀਂ ਹੈਗਾ ਚੱਕਰਾਂ ਦਾ ਬਈ ਹੈ ਵੀ ਚੱਕਰ ਹੈਗੇ ਕੋਈ ਹਾਂਜੀ ਅਸੀਂ ਤੇ ਉਸ ਦਿਨ ਘਰ ਨਹੀਂ ਸੀ ਹੈਗੇ ਸਾਡੀ ਕੁੜੀ ਦਾ ਨਾ ਆਪਰੇਸ਼ਨ ਹੋਇਆ ਸੀ ਰਮਨਦੀਪ ਸਿੰਘ ਚੂੜਵਾਲ ਬੋਟੀ ਘਰ ਸੀ ਨਾ ਬੋਟੀ ਨੂੰ ਆਹਦੇ ਨੇ ਬਾਈ ਰਮਨਦੀਪ ਕਿੱਥੇ ਬਾਈ ਪਹਿਲਾਂ ਤਾਂ ਆਸੇ ਪਾਸੇ ਘੁੰਮਦੇ ਫਿਰੇ ਨੇ ਫਿਰ ਇਹਨੂੰ ਹੱਥ ਵੀ ਮਿਲਾਇਆ ਫਿਰ ਚਾਹ ਪਾਣੀ ਵਾਸਤੇ ਵੀ ਆਖਿਆ ਅਸੀਂ ਚਾਹ ਪੀਣੀ ਉਸ ਦਿਨ ਸਾਡੇ ਉੱਥੇ ਪਿੰਡ ਭੋਗ ਸੀ ਆਹਦੇ ਨੇ ਬਾਈ ਅਸੀਂ ਭੋਗ ਤੇ ਆਏ ਹਾਂ ਸਵੇਰੇ ਜਾਂਦਾ ਸੀ ਮਕੈਨਿਕ ਸੀ ਕੰਮ ਕਰਦਾ ਸੀ ਸਵੇਰ ਪਾਟ ਦਾ ਕੰਮ ਸਿੱਖਿਆ 30,000 ਦਾ ਮਾਲਕ ਏ ਉਹ ਕਿਹੜਾ ਕੋਈ ਐਵੇਂ ਜਿਹਾ ਜਵਾਕ ਏ ਚੰਗਾ ਭਲਾ ਕੰਮ ਕਰਦਾ ਸੀ ਇੰਨਾ ਸੋਹਣਾ ਸਾਡੇ ਵਾਸਤੇ ਤੇ ਗਲਤ ਲਾ ਰਹੇ ਨੇ ਅਸੀਂ ਐਸ ਕੰਮ ਸਾਡੇ ਘਰੇ ਪਿਓ ਦਾਦੇ ਨੇ ਨਹੀਂ ਕਰਿਆ ਤੇ ਅਸੀਂ ਕੀ ਕਰਨਾ ਹੈ ਨਾ ਬੱਚੇ ਨੇ ਘਰ ਦੇ ਨਾ ਨਾ ਕੋਈ ਵੀ ਨਹੀਂ ਮੈਂ ਕਿਸੇ ਨੂੰ ਵੜਨ ਹੀ ਨਹੀਂ ਦਿੰਦੀ ਘਰ ਵਿੱਚ ਮੈਂ ਤੇ ਪਿੰਡ ਦੇ ਮੁੰਡਿਆਂ ਨੂੰ ਨਹੀਂ ਵੜਨ ਦਿੰਦੀ ਬਾਹਰੋਂ ਕਿੰਨੇ ਆਣਾ ਰਿਮਾਂਡ ਮੰਗਦੇ ਸੀਗੇ 3 ਦਿਨ ਦਾ ਰਿਮਾਂਡ ਮਿਲਿਆ ਉਹਨਾਂ ਦਾ ਦਲੀਲ ਇਹ ਦਿੰਦੇ ਸੀ ਵੀ ਕੋਈ ਟੇਬਲੇਟ ਲਿਭੀ ਆ ਇਹਦੇ ਕੋਲੋਂ ਜਿਹਦੇ 'ਚ ਲਿੰਕਸ ਹੈਗੇ ਨੇ ਜਿਹਦੇ 'ਚ ਇਹਨਾਂ ਨੇ ਪੈਸੇ ਲੋਕਾਂ ਤੋਂ ਲਿੱਤੇ ਹੋਏ ਨੇ ਉਹ ਪਤਾ ਕਰਨਾ ਇਹਨੇ ਹਥਿਆਰ ਖਰੀਦਣ ਲਈ ਇਹਨਾਂ ਨੇ ਵੀ ਕਿਹਦੇ ਕਿਹਦੇ ਤੋਂ ਪੈਸੇ ਕਿੰਨੇ ਕਿੰਨੇ ਲਿੱਤੇ ਨੇ ਅਤੇ ਕੀ ਉਸ ਟਾਰਗੈਟਰ ਨੂੰ ਲੈ ਕੇ ਇਹਨਾਂ ਨੇ ਰਿਮਾਂਡ ਮੰਗਿਆ ਸੀਗਾ ਟੇਬਲੇਟ ਹੀ ਸ਼ੋਅ ਕੀਤਾ ਇੱਕ ਬਸ ਹੋਰ ਇਹਦੇ ਹੋਰ ਇੱਥੇ ਅੱਜ ਕੋਈ ਨਹੀਂ ਸ਼ੋਅ ਕੀਤਾ ਇਹਨਾਂ ਨੇ ਸਿਰਫ ਇਹ ਕਹਿ ਕੇ ਇਹਨਾਂ ਨੇ ਰਿਮਾਂਡ ਲਿੱਤਾ ਇੱਕ 3 ਦਿਨ ਦਾ ਰਿਮਾਂਡ ਮਿਲ ਗਿਆ ਇਹਨਾਂ ਦਾ ਬੈਠੇ ਜੀ ਚਾਹ ਪੀ ਕੇ ਚੱਲਦੇ ਹਾਂ 2 ਮਿੰਟ
ਮਾਰ ਦਿੰਦਾ ਫਿਰ ਹਾਂ ਤੇ ਰੇਂਜ ਬਣਾਈ ਸੀ ਮੋਟਰ ਤੇ ਮਾਰ ਦਿੰਦਾ ਹਾਂ ਜੈਮ ਵਾਲੇ ਨੂੰ ਸਭ ਉੱਥੇ ਲੱਗਦੇ ਤੇ ਮੁੱਝਣੀ